ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਰਾਜਪੁਰੇ ਦੀ ਸ਼ਾਨ ਮਾਡਰਨ ਬੱਸ ਅੱਡਾ ਤੁਹਾਡੇ ਸਾਹਮਣੇ ਮਾਡਰਨ ਬੱਸ ਸਟੈਂਡ ਰਾਜਪੁਰਾ ਤੇ ਉਧਰ ਸ਼ਹੀਦ ਸਰਦਾਰ ਉਦਮ ਸਿੰਘ ਜੀ ਦੀ ਫੋਟੋ ਉਹਦੇ ਉੱਪਰ ਹਾਰ ਪਾਏ ਹੋਏ ਨਜ਼ਰ ਆ ਜਾਣਗੇ ਇਧਰੋਂ ਬੱਸਾਂ ਵੱਡੀਆਂ ਬੱਸਾਂ ਦੂਰ ਦੂਰ ਜਾਣ ਵਾਲੀਆਂ ਬੱਸਾਂ ਤੁਹਾਨੂੰ ਨਜ਼ਰ ਆਉਣਗੀਆਂ ਲਗਭਗ 14 15 ਕਾਊਂਟਰ ਜਿਹੜੇ ਨੇ ਇੱਥੇ ਬਣੇ ਹੋਏ ਨੇ ਔਰ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਬੜਾ ਮਜ਼ਾ ਆਏਗਾ ਆਨੰਦ ਆਏਗਾ ਵੀ ਸਾਡੇ ਰਾਜਪੁਰੇ ਦੇ ਪ੍ਰਸ਼ਾਸਨ ਨੇ ਜਾਂ ਸਾਡੀ ਸਰਕਾਰ ਨੇ ਕਿੱਡੇ ਪੁਖਤਾ ਪ੍ਰਬੰਧ ਕੀਤੇ ਨੇ ਵੀ ਇੱਥੇ ਆਉਣ ਵਾਲੀ ਜਿਹੜੀ ਪਬਲਿਕ ਹੈ ਉਹਨੂੰ ਬਹੁਤ ਫਾਇਦਾ ਹੋਵੇ ਉਹਨੂੰ ਦੇਖੋ ਮੈਂ ਪਰਫਿਊਮ ਲਾਇਆ ਹੋਇਆ ਔਰ ਲਗਭਗ 10-1000 5-5000 ਦੀਆਂ ਸ਼ੀਸ਼ੀਆਂ ਚੰਗੀਆਂ ਪਰਫਿਊਮ ਦੀਆਂ ਮਿਲਦੀਆਂ ਨੇ ਚੰਗੀ ਖੁਸ਼ਬੂ ਲੈਣ ਵਾਸਤੇ ਪਰ ਮੈਂ ਕਿਹਨਾ ਸ਼ਬਦਾਂ ਦੇ ਨਾਲ ਸਾਡੇ ਅਤੀ ਸਤਿਕਾਰਤ ਐਮਐਲਏ ਸਾਹਿਬ ਤੇ ਜਾਂ ਸਾਡੀ ਸਰਕਾਰ ਦਾ ਧੰਨਵਾਦ ਕਰਾਂ ਵੀ ਲੋਕਾਂ ਦੀ ਸਹੂਲਤ ਵਾਸਤੇ ਇੰਨਾ ਸੋਹਣਾ ਇੱਥੇ ਖੁਸ਼ਬੂ ਦਾ ਪ੍ਰਬੰਧ ਹੈ ਵੀ ਜੇਕਰ ਤੁਸੀਂ ਵੀ ਉਸ ਖੁਸ਼ਬੂ ਨੂੰ ਦੇਖੋਗੇ ਤਾਂ ਦਾਵੇ ਨਾਲ ਤੁਸੀਂ ਸਾਡੇ ਰਾਜਪੁਰੇ ਸ਼ਹਿਰ ਪਹੁੰਚੋਗੇ ਤੇ ਆਓ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਉਸ ਖੁਸ਼ਬੂ ਵਾਲੇ ਪਾਸੇ ਜਿਹੜੀ ਪੰਜਾਬ ਸਰਕਾਰ ਸਾਡੇ ਰਾਜਪੁਰਾ ਦੇ ਵਾਸੀਆਂ ਨੂੰ ਦੇ ਰਹੀ ਹੈ ਅੱਗੇ ਤਾਂ ਜਾ ਨਹੀਂ ਸਕਦੇ ਆਜੋ ਜੀ ਆ ਦੇਖੋ ਤੁਹਾਡੇ ਸਾਹਮਣੇ ਇਹ ਹੈ ਬਸੱਡਾ ਤੇ ਬਸੱਡੇ ਦੀ ਬਿਲਕੁਲ ਕੰਧ ਦੇ ਨਾਲ ਇਹ ਬਣਿਆ ਹੋਇਆ ਹੈ ਸਰਕਾਰ ਵੱਲੋਂ ਸਪੈਸ਼ਲ ਜਿਹੜੇ ਸਫ਼ਰ ਕਰਨ ਵਾਲੇ ਯਾਤਰੀ ਲੋਕ ਨੇ ਉਹਨਾਂ ਦੇ ਵਾਸਤੇ ਖੁਸ਼ਬੂ ਦਾ ਇਤਰ ਵਾਲਾ ਕਾਰਖਾਨਾ ਇਹ ਤੁਸੀ ਨਜ਼ਰ ਆ ਰਹੀ ਹੈ ਦੇਖੋ ਕਈ ਲੋਕਾਂ ਨੂੰ ਲੱਗੇਗਾ ਵੀ ਇਹ ਕੂੜੇ ਦਾ ਡੰਪ ਹੈ ਪਰ ਐਵੇਂ ਕੂੜੇ ਦਾ ਡੰਪ ਇਹਨੂੰ ਬਿਲਕੁਲ ਨਾ ਸਮਝਿਓ ਉਹ ਜਿਹੜੇ ਤੁਹਾਨੂੰ ਸਾਹਮਣੇ ਲੱਗਦਾ ਹੋਵੇਗਾ ਵੀ ਪਸ਼ੂ ਚੜਦੇ ਨਜ਼ਰ ਆ ਰਹੇ ਨਹੀਂ ਨਹੀਂ ਉਹ ਪਸ਼ੂ ਨਹੀਂ ਰੱਖੇ ਹੋਏ ਉਹ ਵਰਕਰ ਰੱਖੇ ਹੋਏ ਨੇ ਜਿਹੜੇ ਵਰਕਰ ਅੰਦਰ ਇਤਰ ਬਣਾਉਣ ਦਾ ਕੰਮ ਕਰਦੇ ਨੇ ਉਹ ਤਿੰਨ ਛੋਟੇ ਛੋਟੇ ਜਿਹੜੇ ਨੇ ਤੁਹਾਨੂੰ ਡੌਗ ਨਜ਼ਰ ਆ ਰਹੇ ਨਹੀਂ ਉਹ ਬਾਲ ਮਜ਼ਦੂਰ ਨੇ ਉਹ ਬਾਲ ਮਜ਼ਦੂਰ ਨੇ ਡੌਗ ਨਾ ਸਮਝੋ ਉਹਨਾਂ ਨੂੰ ਸੋ ਸਰਕਾਰ ਨੇ ਇੱਥੇ ਰੁਜ਼ਗਾਰ ਵੀ ਦਿੱਤਾ ਹੋਇਆ ਹੈ ਇੱਥੇ ਇਤਰ ਬਣਾਉਣ ਦਾ ਤੇ ਆਜੋ ਇਸ ਡੰਪ ਬਾਰੇ ਇਸ ਫੈਕਟਰੀ ਬਾਰੇ ਆਪਾਂ ਜਿਹੜੇ ਲੋਕ ਵੀਰ ਇੱਥੇ ਖੜੇ ਨੇ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਨੇ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਬਾਬਾ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਇਹ ਇੱਥੇ ਕਿਨੇ ਆਏ ਹੋ ਮੈਂ ਜੀ ਇੱਥੇ ਅਡਾ ਇਨਚਾਰਜ ਆ ਜੀ ਮੈਂ ਸਾਰਾ ਅਡਾ ਇਨਚਾਰਜ ਹੋ ਹਾਂਜੀ ਹਾਂਜੀ ਤੇ ਬਹੁਤ ਔਖਾ ਜੀ ਕਟੋਗਣਾ ਸਾਰਾ ਦਿਨ ਉਹਦੇ ਸਿਰ ਤੋਂ ਖਣ ਲੱਗ ਜਾਂਦਾ ਜੀ ਇੰਨੀ ਗੰਦੀ ਸਮੈਲ ਮਾਰਦੇ ਆ ਜੀ ਤੇ ਪੰਜ ਚਾਰ ਵਾਰੀ ਤਾਂ ਮੈਂ ਅਖੋ ਦਾ ਅਖਬਾਰ ਚ ਵੀ ਲਵਾਤਾ ਜੀ ਪਰ ਕੋਈ ਫਾਇਦਾ ਨਹੀਂ ਕੋਈ ਪ੍ਰਸ਼ਾਸਨ ਦੇ ਕੰਨ ਨਹੀਂ ਖੋਲਦੇ ਜੀ ਤੇ ਐਦਾਂ ਕਰੋ ਨਾ ਫਿਰ ਬਸ ਅਡਾ ਬੰਦ ਕਰੋ ਨਾ ਫਿਰ بسڈا بند ਕਰਦੇ ਤੇ ਇਕੱਠੇ ਹੋਵੋ ਇਕੱਠੇ ਆਪ ਸਾਰੇ ਇਕੱਠੇ ਹੋ ਆਪਰ ਆਈਪੁਰ ਨੂੰ ਇਕੱਠਾ ਕਰ ਲੈਨੇ ਕਹੀਏ ਕਿਨੂੰ ਜੀ ਫਿਰ ਮੈਂ ਨਾਲ ਖੜਦਾ ਤੁਹਾਡੇ ਇਹ ਹੀ ਹੈ ਜੀ ਤੁਹਾਡੇ ਹੀ ਅਸਰ ਹੁਣ ਤੁਸੀਂ ਉਹ ਕਰਾਓ ਜੇ ਇਹਨੂੰ ਬੰਦ ਕਰ ਫਿਰ ਆਪਾਂ ਬਸਡਾ ਬੰਦ ਕਰਦੇ ਜਿੱਦਨ ਇਹ ਠੀਕ ਹੋਊਗਾ ਬਸਡਾ ਚਲਾ ਲਿਓ ਬਿਲਕੁਲ ਜੀ ਆਈ ਹੋਰ ਹਰੇਕ ਬਸ 30 ਰੁਪਏ ਪਰਚੀ ਦਿੰਦੀ ਹੈ ਜੀ ਚਾਹੇ ਸਰਕਾਰੀ ਆ ਚਾਹੇ ਪ੍ਰਾਈਵੇਟ ਆ ਅਸੀਂ ਘਟੋ ਘਟ ਇਧਰ ਦੀ ਨਾ ਨਾ ਕਰਦੇ 16000 ਰੁਪਏ ਇੱਕ ਦਿਨ ਦੀ ਇਨਕਮ ਆ ਜੀ ਕਮੇਟੀ ਨੂੰ ਜੀ ਪਰ ਆਏ ਦੇ ਕਰਕੇ ਜੀ ਇਹਨਾਂ ਦਾ ਉਰੇ ਸਵਾਰੀ ਖੜਦੀ ਹੈ ਜੀ ਸਵਾਰੀ ਵੀ ਜਾ ਕੇ ਗੇਟ ਤੇ ਖੜ ਜਾਂਦੀ ਆ ਬਹੁਤ ਦਿੱਕਤਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ਜੀ ਬਾਈ ਜੀ ਤੁਸੀਂ ਇੱਥੇ ਕੀ ਕਰਦੇ ਹੋ ਅਸੀਂ ਆਟੋ ਚਲਾਉਂਦੇ ਆ ਜੀ ਕਿਵੇਂ ਲੱਗਦਾ ਇਹ ਇੰਨਾ ਸੋਹਣਾ ਤੁਹਾਨੂੰ ਸਰਕਾਰ ਨੇ ਤੋਹਫਾ ਦਿੱਤਾ ਹੋਇਆ ਲੱਗਣਾ ਕੀ ਆ ਜੀ ਜਿਹੜੀ ਸਵਾਰੀ ਬੰਦੀ ਆ ਉਹ ਵੀ ਮੁਸ਼ਕਿਲ ਦੇ ਕਾਰਨ ਇੱਕ ਦੋ ਮਿੰਟ ਬਹਿ ਕੇ ਉਹ ਵੀ ਭੱਜ ਜਾਂਦੀ ਆ ਉਤਰ ਕੇ ਸਾਨੂੰ ਤਾਂ ਆਪ ਇਹਦਾ ਬਹੁਤ ਔਖਾ ਵੀ ਸਵਾਰੀ ਖੜਦੀ ਉਹ ਨਹੀਂ ਸਾਡੇ ਕੋਲ ਇਹ ਮੁਸ਼ਕਿਲ ਨਹੀਂ ਤੁਸੀਂ ਸਾਡੇ ਆਤੀ ਸਤਕਾਰਯੋਗ ਪ੍ਰਸ਼ਾਸਨ ਐਮਐਲਏ ਤੱਕ ਗੁਹਾਰ ਨਹੀਂ ਦੁਹਾਰ ਲਾਈਏ ਕਿ ਨੂੰ ਕੋਈ ਮੰਨਦਾ ਹੀ ਨਹੀਂ ਉਰੇ ਆਏ ਸੀ ਆਪਣਾ ਉਹਨਾਂ ਦੇ ਘਰ ਦੇ ਨੀਨਾ ਮਿੱਤਲ ਜੀ ਦੇ ਉਹਨਾਂ ਨੂੰ ਕਿਹਾ ਸੀ ਉਹ ਇੱਕ ਵਾਰੀ ਕਹਿ ਗਏ ਚਕਵਾਵਾਂਗੇ ਮੁੜ ਕੇ ਉਹਨਾਂ ਨੇ ਵੀ ਗੱਲ ਕਰੀ ਹੈਗੀ ਕੋਈ ਉਹ ਸਿਰੇ ਸਿਰੇ ਤੱਕ ਨਜ਼ਰ ਆ ਰਿਹਾ ਹੈ ਸੱਜਰੀ ਗੱਲ ਸਰ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਰਿੰਕੂ ਹੈ ਟਕਾਨਸੂ ਪਿੰਡ ਦਾ ਜੀ ਮੈਂ ਆਪਣੇ ਕਿਸੇ ਬਜ਼ੁਰਗਿਸ ਨੂੰ ਛੱਡਣ ਆਇਆ ਸੀਗਾ ਜਿੱਥੇ ਬੱਸ ਸਟੈਂਡ ਤੇ ਬੱਸ ਐ ਨਾਲ ਲੋਕੀ 5 ਮਿੰਟ ਮੈਨੂੰ ਖੜਨਾ ਬੜਾ ਮੁਸ਼ਕਿਲ ਹੋ ਗਿਆ ਸੀਗਾ ਇੰਨੀ ਗੰਦੀ ਸਮੈਲ ਆ ਰਹੀ ਸੀ ਹੁਣ ਵੀ ਆ ਰਹੀ ਹੈ ਦੇਖੋ ਤੇ ਹੁਣ ਕਿੰਨਾ ਕਦ ਦਸੀਏ ਤੇ ਪ੍ਰਸ਼ਾਸਨ ਆ ਕੇ ਦੇਖੇ ਆ ਕਮੇਟੀ ਵਾਲੇ ਆ ਕੇ ਦੇਖਣ ਕਿ ਜਿੰਨਾ ਵੀ ਸ਼ਹਿਰ ਦਾ ਗੰਦ ਹੈ ਇੱਥੇ ਸਾਰਾ ਇਕੱਠਾ ਕਰਕੇ ਸਿੱਟ ਦਿੰਦੇ ਨੇ ਉਹਦੀ 스멜 ਸਾਰੀ ਜਦੋਂ ਹਵਾ ਇਧਰ ਦੀ ਹੁੰਦੀ ਆ ਤਾਂ ਸਾਰੀ ਸਵਾਰੀਆਂ ਨੂੰ ਚਾਹੇ ਇਕੱਲੇ-ਇਕੱਲੇ ਸਵਾਰੀ ਉਂ ਜਾ ਕੇ ਪੁੱਛ ਸਕਦੇ ਹੋ ਤੁਸੀਂ ਤੇ ਖੜਨਾ ਇੰਨਾ ਮੁਸ਼ਕਿਲ ਆਇਆ ਵਾ ਕਿ ਬਸ ਕਿ ਸਵਾਰੀ ਸਵਾਰੀ ਨੂੰ ਸਵਾਰੀ ਨੂੰ ਹਾਂ ਤੁਸੀਂ ਸਵਾਰੀ ਨੂੰ ਕਿਸੇ ਨੂੰ ਵੀ ਪੁੱਛ ਸਕਦੇ ਹੋ ਕਿ ਕਿੰਨੀ 스멜 ਆ ਰਹੀ ਹੈ ਇੱਥੇ ਤੱਕ ਨਹੀਂ ਆਪਾਂ ਤਾਂ ਨੇੜੇ ਖੜੇ ਆ ਉਹ ਦੂਰ ਤੱਕ 스멜 ਆਂਦੀ ਹੈ ਉਹ ਬਸ ਤੱਕ ਬਸ ਤੱਕ ਵੀ 스멜 ਆ ਰਹੀ ਹੈ ਕਿਉਂਕਿ ਹਵਾ ਇਧਰ ਲਈ ਹੈ ਬਾਪੂ ਜੀ ਬੈਠੇ ਰਿਕਸ਼ੇ ਤੇ ਇਹਨਾਂ ਨਾਲ ਵੀ ਗੱਲ ਕਰ ਲਈ ਆਪਾਂ ਬਾਈ ਨਾਲ ਗੱਲ ਕਰ ਲਈ ਬਾਪੂ ਜੀ ਕੀ ਹਾਲ ਹੈ ਸਸਈ ਕਾਲ ਕੀ ਨਾ ਤੁਹਾਡਾ ਰਮੇਸ਼ ਕੁਮਾਰ ਰਮੇਸ਼ ਜੀ ਤੁਸੀਂ ਕੀ ਕਰਦੇ ਹੋ ਰਿਕਸ਼ਾ ਚਲਾਉਂ ਆ ਜੀ ਇਹ ਜਿਹੜਾ ਪਿੱਛੇ ਕੂੜੇ ਦਾ ਢੇਰ ਹੈ ਡੰਪ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਤਾਂ ਬਹੁਤ ਅੰਦਾਈ ਉਹ ਚੁਕਵਾਉਣਾ ਚਾਹੀਦਾ ਜੀ ਇੱਥੇ ਪੂਰੇ ਦੁਨੀਆ ਸ਼ਹਿਰਾਂ ਦੀਆਂ ਬੱਸਾਂ ਹੁੰਦੀਆਂ ਨੇ ਪੂਰੇ ਸਟੇਟ ਤੋਂ ਬੱਸਾਂ ਹੁੰਦੀਆਂ ਨੇ ਲੋਕੀ ਆਉਂਦੇ ਨੇ ਤੇ ਰਾਜਪੁਰੇ ਦੀ ਕਿੰਨੀ ਤਾਰੀਫ ਕਰਦੇ ਨੇ ਫਿਰ ਰਾਜਪੁਰੇ ਦੀ ਹਾਂ ਜੀ ਹਾਂ ਸਾਹਿਬ ਬਹੁਤ ਤਾਰੀਫ ਕਰਦੇ ਹਾਂ ਜੀ ਹਾਂ ਕੀ ਤਾਰੀਫ ਕਰਦੇ ਇਹ ਲੋਕਾਂ ਨੇ ਮੂੰਹ ਵਿੱਚ ਕਾ ਜਾਵਾ ਜੀ ਅਲੇਗਾ ਗੰਦਕ ਯੂਰੇਆ ਇਹ ਚੱਕਣਾ ਚਾਹੀਦਾ ਸੋ ਮੇਰਾ ਮੰਨਣਾ ਤੇ ਹੀ ਹੈ ਵੀ ਇਹ ਬੱਸ ਅਡੇ ਨੂੰ ਬੰਦ ਕਰ ਦੇਣਾ ਚਾਹੀਦਾ ਸੋ ਜੇਕਰ ਸਰਕਾਰ ਮੈਂ ਅਸੀਂ ਨਾਲ ਮੇਰੇ ਜਿੱਕਰ ਵੀਰ ਸਾਨੂੰ ਸਾਥ ਕਰ ਦਿੰਦੇ ਨੇ ਤਾਂ ਅਸੀਂ ਬਿਲਕੁਲ ਕਹਿੰਨੇ ਵੀ ਬੱਸ ਅਡਾ ਬੰਦ ਕਰ ਦਿਓ ਕਿਉਂਕਿ ਇਹ ਤਾਂ ਬਿਮਾਰੀਆਂ ਦਾ ਘਰ ਹੈ ਤੇ ਭਾਈ ਦੱਸੋ ਤੁਸੀਂ ਕਰਦੇ ਹੋ ਮੈਂ ਵੀਰੇ ਆਟੋ ਚਲਾਉਂਦਾ ਪ੍ਰਧਾਨ ਹਾਂ ਤਾਂ ਅਸਾ ਆਟੋ ਚਲਾਉਂਦੇ ਹੋ ਹਾਂਜੀ ਤੇ ਕੀ ਇਹਦੇ ਬਾਰੇ ਗੱਲਣਾ ਚਾਹੋਗੇ ਮੈਂ ਤਾਂ ਕੁਦਰਤੀ ਲੰਘ ਰਹੇ ਵੇਖਿਆ ਮੇਰੇ ਅਸੀਂ ਤਾਂ ਬਹੁਤ ਪਰੇਸ਼ਾਨ ਆ ਟੈਂਪੋ ਤੋਂ ਸੰਡ ਦਾ ਸਵਾਰੀਆਂ ਵੀ ਨਹੀਂ ਸਾਡੇ ਆਟੋ 'ਚ ਬੈਠਦੀਆਂ ਉੱਤੋਂ ਉੱਤਰੇ ਭਾਜੀ ਪੈਂਦੀਆਂ ਸਵਾਰੀਆਂ ਬਾਹਰ ਨੂੰ ਤਾਂ ਜੇ ਸਵਾਰੀਆਂ ਅਸਵਾਰੀਆਂ ਕਹਿੰਦੀਏ ਵੀ ਤੁਸੀਂ ਤਾਂ ਕਹਿੰਦੀ ਹੁਣ ਸਵਰਗਾਂ ਜਾ ਰਹੇ ਹੋ ਕਹਿੰਦੀਆਂ ਨਰਕਾਂ ਕਹਿੰਦੇ ਤੁਸੀਂ ਦੇਖ ਲੈ ਕਹਿੰਦੀਆਂ ਨਰਕ ਦਾ ਦੇਖ ਲੈਦੇ ਹਾਂ ਸਵਰਗਾਂ ਹੀ ਜਾ ਰਹੇ ਹੋ ਕਹਿੰਦੀ ਲਓ ਜੀ ਸਵਰਗਾਂ ਨਰਕਾਂ ਦੀ ਖੇਡ ਵੀ ਹੋ ਗਈ ਸੋ ਇਹ ਹੈ ਜੀ ਸਾਡੇ ਰਾਜਪੁਰੇ ਦਾ ਮਨਮੋਹਕ ਦ੍ਰਿਸ਼ ਤੁਹਾਨੂੰ ਮੈਂ ਦਿਖਾ ਦਿੱਤਾ ਹੁਣ ਇਹ ਪ੍ਰਸ਼ਾਸਨ ਤੱਕ ਪਹੁੰਚੇ ਜਾਂ ਸਰਕਾਰਾਂ ਤੱਕ ਪਹੁੰਚੇ ਤਾਂ ਪਤਾ ਨਹੀਂ ਪਰ ਇਹ ਚਕੀਣਾ ਲਾਜ਼ਮੀ ਚਾਹੀਦਾ ਇੱਕ ਰਾਜਪੁਰੇ ਦੇ ਨਾਗਰਿਕ ਹੋਣ ਦੇ ਨਾਤੇ ਸਾਡਾ ਫਰਜ਼ ਹੈ ਇਸ Passe ਤੇ ਧਿਆਨ ਦੇਣਾ ਸੋ ਅਸੀਂ ਦਵਾਂਗੇ ਧਿਆਨ ਮੈਨੂੰ ਲੱਗਦਾ ਵੀ ਇਹ バス ਰੇਡ ਨੂੰ ਬੰਦ ਕਰਨਾ ਚਾਹੀਦਾ ਮੇਰੀ ਸਲਾਹ ਇਹੀ ਹੈ ਜੇ ਮੇਰੀ ਇਸ ਸਲਾਹ ਦੇ ਨਾਲ ਮੇਰੇ ਰਾਜਪੁਰਾ ਵਾਸੀ ਮੇਰੇ ਨਾਲ ਨੇ ਤਾਂ ਦੱਸੋ ਫਿਰ ਆਪਾਂ ਇਕੱਠੇ ਹੋਈਏ ਤੇ ਇਸ ਵਿਸ਼ੇ ਤੇ ਆਪਾਂ ਫਿਰ ਹਮਲਾ ਮਾਰੀਏ ਇਹ バス ਰੇਡਾ ਬੰਦ ਕਰੀਏ ਤੇ ਤਾਂ ਸਰਕਾਰ ਦੇ ਸਿਰ ਤੇ ਜੂੰ ਸਰਕੇ ਕੀ ਧੰਨਵਾਦ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤ